हाँ जी सत श्री अकाल जी, टोकरा टीवी देख रहे दर्शकों का स्वागत करते हैं। आपां हर वीडियो दे विच कोई ना कोई कमेडी कंटेंट लैके आउंदे आ, तुहानू हसाउंदे आ, तां तुसीं बहुत प्यार दिंदे हो। अज असीं सोचिआ कि कुछ नवां लैके आईए, ते अज असीं कित्थे पहुंचे आ, तुसीं वीडियोज़ देखियां होणगीआं, जरूर वीडियोज़ देखियां होणगीआं। अज असीं पहुंचे आ अपना फर्ज सेवा सोसायटी पिंड लचकाणी पटियाला। मोबाइल नंबर 7307000085 95-699-99-923। लो जी, पहली बारी होया भीरे, बहुत ज्यादा नुकसान हो रहा था जी। चलो महाराज दे रंग ने भीरे, ओरी सामने वाला सेफ है, सामने वाला। हां जी भीरे, अपन सामने ना कर दिए सारा सामान। हां ताई कहना अपन चक के अपन थोड़ा थोड़ा करके निकल जाने। अब एक अमरीका तू दरवाजा खोल के रख, असि चक के वाला। हां जी, और उधर पानी आ गया अंदर जी भीरे, मड़या ओए होए, वाहेगुरु सच्चा पातशाह। मर जाओ उधर, रघुवीर उन्होंने लिया बुला के, भज के हिम्मत ना जायो जी एक जना। अच्छा उन्होंने थोड़ा गल सुनी हुई, तुम जाके आओ, कबीर ने बुलाया जी, जायो माड़ा भज के जी। हाँ जी हाँ जी हाँ जी, सारे पासे बुरा हाल है भाई। हाँ आ भाई, आप मैं जो तुम कहने आप थैले एक एक चक्के कुछ होना जी, आप है दस बारह पांच सात है, एक एक दो दो थैले होने अपन। हाँ जी, आप उधर एक मिनट जगह बनाइए। हाँ हाँ तरपाल पवाओ जाके। हाँ भाई बड़ा दिखा यार, राशन भी यार बचा हो गया, फिर भी आधा आटा हो ना फिर सारा ही आ खंड घट गया फिर घट गया। हाँ वो ठीक है। बिल्कुल जी बिल्कुल, वाहेगुरु जी की फतेह। बिल्कुल शर्म कर, इतों इतों लंघ करो, लंघ गया कोई नहीं। बहुत ठीक है, वो भाई उन्होंने करता ना सैट हो गया। हाँ बड़ा कुछ बंदा फिर समा सिखाया जाता, जिवें गल पता की है जी। देखो ਕਿਹੜੀਆਂ ਤਕਲੀਫਾਂ ਨੇ ਇਹਨਾਂ ਤੋਂ, ਆਪਾਂ ਡਰਨ ਵਾਲੇ ਤਾਂ ਨਹੀਂ ਹੈਗੇ ਜੀ। ਬਿਲਕੁਲ ਬਿਲਕੁਲ, ਪਰ ਜਿਹੜਾ ਇਹ ਕਾਰਜ ਆ ਜੀ, ਸਾਨੂੰ 2.5 ਸਾਲ ਹੋ ਗਏ ਵੀਰ ਜੀ ਇਸ ਘਰ 'ਚ ਰਹਿੰਦੇ ਨੂੰ ਜੀ। ਹਾਂਜੀ, ਇਹ ਸ਼ੈੱਡ ਜਦੋਂ ਪਾਇਆ ਜੀ, ਬਸ ਰੱਬ ਜਾਣੇ ਕੋਈ ਲੋਹੇ 'ਤੇ ਹੀ ਕੋਈ ਸਾਡੇ ਮੰਨ ਲਓ ਵੀ ਕਰੋਪੀ ਆ ਕੋਈ, ਕਦੇ ਨਾ ਕਦੇ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹੀ ਸਾਨੂੰ ਜੀ। ਅੱਜ ਇਹ ਸ਼ੈੱਡ ਵੀ ਉੱਡ ਗਿਆ। ਹਾਂਜੀ, ਜਿਹੜੀ ਪਿੱਛੋਂ ਸ਼ੈੱਡ ਦੇ ਨਾ ਅੰਦਰ ਜਿੱਥੇ ਅਸੀਂ ਕੱਪੜੇ ਰੱਖਦੇ ਆ ਜੀ, ਉਹ ਅੰਦਰ ਰੱਬ ਜਾਣੇ ਹਵਾ ਭਰ ਗਈ, ਹਵਾ ਤੇਜ਼ ਹੀ ਬਹੁਤ ਸੀ ਜੀ। ਹਾਂ ਪ੍ਰੈਸ਼ਰ ਇੰਨਾ ਬਣ ਗਿਆ, ਚੱਕ ਲੈ ਗਈ ਪ੍ਰੈਸ਼ਰ ਉਹਨੇ, ਇੰਨਾ ਬਣ ਗਿਆ ਜੀ ਉਹਨੇ ਪਿੱਛੋਂ ਜਿਹੜਾ ਸ਼ੈੱਡ ਦੀ ਇੱਕ ਜਿਹੜੀ ਉਹ ਚੱਕਤੀ ਜੀ ਅੰਦਰੋਂ, ਆਪਣਾ ਇੱਕ ਚਾਦਰ ਉੱਪਰ ਚੱਕਤੀ ਜੀ, ਉਹਦੇ ਨਾਲ ਕੀ ਅੰਦਰ ਵੀ ਬਹੁਤ ਜ਼ਿਆਦਾ ਪਾਣੀ ਭਰ ਗਿਆ, ਤੁਹਾਨੂੰ ਦਿਖਾਉਂਦੇ ਹਾਂ ਜੀ। ਔਰ ਇਹ ਜਿਹੜਾ ਕੁੱਟੀਆ ਜੀ, ਇੱਕ ਛੱਪਰ ਪਾਇਆ ਵਾ ਸੀ ਸੰਗਤ ਦੇ ਬੈਠਣ ਲਈ ਵੀਰੇ। ਹਾਂਜੀ ਹਾਂਜੀ, ਇਹਦੇ ਵਿੱਚ ਵੀ ਜਿਹੜਾ ਪਾਣੀ ਭਰ ਗਿਆ ਅੰਦਰ, ਪਾਣੀ ਆ ਗਿਆ ਜੀ, ਉਹ ਹਵਾ ਨਹੀਂ ਸਾਰਾ ਖਲਿਆਤਾ ਜੀ ਇਹ। ਜੇ ਹਵਾ ਨਾ ਆਉਂਦੀ ਫਿਰ ਕੋਈ ਪ੍ਰੋਬਲਮ ਨਹੀਂ, ਮੀਂਹ ਤਾਂ ਬਹੁਤ ਵਾਰੀ ਆਉਂਦਾ ਜੀ। ਬਿਲਕੁਲ, ਪਰ ਹਵਾ ਹੀ ਇੰਨੀ ਆ ਗਈ ਜੀ। ਅਸੀਂ ਅੱਗੇ ਪੱਕਾ ਘਰ ਜਿਹੜਾ ਬਣ ਰਿਹਾ ਜੀ ਬਿਲਡਿੰਗ ਵੀਰ ਜੀ, ਉਹਦੇ ਵਿੱਚ 150 ਬੰਦੇ ਦਾ ਪ੍ਰਬੰਧ ਹੋਣਾ। ਹਾਂਜੀ ਹਾਂ, ਮਾਈਕ ਲੈ ਲਓ ਜੀ। ਔਰ ਇਹ ਤਾਂ ਸਾਡੇ ਕੋਲ ਪਿਛਲੇ 2.5 ਸਾਲ ਤੋਂ ਇਹੀ ਘਰ ਹੈ ਜੀ, ਪਰ ਜਿਹੜੀ ਉਹ ਬਿਲਡਿੰਗ ਬਣ ਰਹੀ ਹੈ ਜੀ, ਉਹਦੇ ਵਿੱਚ 150 ਬੰਦੇ ਦਾ ਪ੍ਰਬੰਧ ਹੋਣਾ। ਸੰਗਤ ਸਾਥ ਦੇ ਰਹੀ ਹੈ, ਕੋਈ ਕਮੀ ਕੋਈ ਨਹੀਂ ਜੀ। ਜੀ ਇਹ ਰੱਬ ਜਾਣੇ, ਬਸ ਇਹ ਸਾਹਮਣੇ ਵਾਲਾ ਘਰ ਆ ਬਿਲਕੁਲ ਸਹੀ ਹੈ, ਇਹਦੇ 'ਚ ਇੱਕ ਤੁਪਕਾ ਵੀ ਪਾਣੀ ਦਾ ਨਹੀਂ ਗਿਆ ਹੋਣਾ ਜੀ। ਔਰ ਜਿਹੜੇ ਆਪਾਂ ਕੁੱਟੀਆਂ ਦੇ ਵਿੱਚ ਖੜੇ ਹਾਂ ਜੀ, ਬਿਲਕੁਲ ਬਿਲਕੁਲ ਆਓ ਜੀ। ਪ੍ਰੋਬਲਮ ਇਹ ਰੱਬ ਜਾਣੇ ਕੀ ਅਸੀਂ ਵੀ ਇੰਨਾ ਹਵਾ ਨੇ ਸਾਰਾ ਸਿਸਟਮ ਕੁੱਟੀ ਹਲਿਆਤੀ ਜੀ ਉੱਪਰੋਂ, ਉਹਦੇ ਨਾਲ ਜਿਹੜਾ ਸਾਰਾ ਪਾਣੀ ਅੰਦਰ ਰਾਸ਼ਨ ਸਾਰੇ ਦੇ ਉੱਪਰ ਪਾਣੀ ਪੈ ਗਿਆ ਜੀ। ਇਹ ਚੀਜ਼ਾਂ ਸੰਗਤ ਤੱਕ ਜ਼ਰੂਰ ਜਾਣੀਆਂ ਚਾਹੀਦੀਆਂ ਨੇ ਜੀ, ਕਿਉਂਕਿ ਇਸ ਘਰ ਨੂੰ ਸੰਗਤ ਚਲਾਉਂਦੀ ਆ ਵੀਰੇ।
बिलकुल बिलकुल ए देखो फिर एक खंड कोई ओदा की चीज है ना चक लो साइड से कर लो खराब ना खंड तो नहीं चीनी तो नहीं फिर चीनी फिर साइड से कर लो चलो कोई नी अंदर इधर घर है जी ਇਹਦੇ ਵਿੱਚ ਸਾਨੂੰ ਬੜੀ ਸਪੋਰਟ ਦੀ ਲੋੜ ਆ ਸੰਗਤ ਦੀ ਕੋਈ ਰੇਤਾ ਭੇਜੇ ਕੋਈ ਬਜਰੀ ਕੋਈ ਸਿਮੈਂਟ ਕੋਈ ਸਰੀਆ ਜੀ ਅਸੀਂ ਚਾਹੁੰਦੇ ਹਾਂ ਵੀ ਸੰਗਤ ਸਾਨੂੰ ਚੀਜ਼ਾਂ ਹੀ ਡੋਨੇਟ ਕਰੇ ਜੀ ਵੀ ਅਸੀਂ ਚਾਹੁੰਦੇ ਹਾਂ ਇਹਦੇ ਲਈ ਬਿਲਕੁਲ ਜੀ ਮੈਂ ਬਾਈ ਦੀ ਹੁਣ ਗੱਲ ਵਿੱਚ ਟੋਕਦਾ ਮੈਂ ਗੱਲ ਇਹ ਹੈਗੀ ਕਿ ਸਾਡੇ ਵੀਰ ਸਾਨੂੰ ਜਿੰਨੇ ਵੀ ਦੇਖਦੇ ਨੇ ਕਾਫੀ ਸਾਡੇ ਨਾਲ ਵੀਰ ਜੁੜੇ ਨੇ ਜਿਹੜੇ ਰੇਤ ਦਾ ਕੰਮ ਕਰਦੇ ਨੇ ਉਹਨਾਂ ਕੋਲ ਟਿੱਪਰ ਨੇ ਅਤੇ ਆਪਾਂ ਸੇਵਾਵਾਂ ਕਰਦੇ ਹਾਂ ਹੋਰ ਗੁਰੂ ਘਰ ਵੀ ਕਰਦੇ ਹਾਂ ਅਤੇ ਇਹ ਵੀ ਇੱਕ ਸੇਵਾ ਹੀ ਆ ਅਤੇ ਜ਼ਰੂਰ ਜਿਹੜੇ ਸਾਡੇ ਵੀਰ ਨੇ ਕਾਫੀ ਮੇਰੇ ਨੌਨ ਵੀ ਨੇ ਜ਼ਰੂਰ ਪਟਿਆਲੇ ਇੱਕ ਜਿਹੜਾ ਇੱਕ ਛੋਟੀ ਜਿਹੀ ਹੋਰ ਬੇਨਤੀ ਆ ਤੁਸੀਂ ਇੱਕ ਛੋਟਾ ਜਿਹਾ ਹੋਰ ਕੰਮ ਕਰੋ ਕਿ ਇੱਕ ਜਿਹੜਾ ਮੈਂ ਜਿਹਨੇ ਪਟਿਆਲੇ ਤੋਂ ਆਉਣਾ ਜਿਹਨੇ ਲੁਧਿਆਣੇ ਤੋਂ ਆਉਣਾ ਜਿਹਨੇ ਸੰਗਰੂਰ ਤੋਂ ਆਉਣਾ ਥੋੜ੍ਹਾ ਜਿਹਾ ਦੱਸ ਦਿਆ ਕਰੋ ਕਿਹੜੇ ਰਸਤੇ ਉਹ ਆਉਣ ਤੁਹਾਡੇ ਕੋਲ ਜੀ ਸਿੰਘ ਵੀਰੇ ਪਟਿਆਲੇ ਤੋਂ ਤਾਂ ਜਦੋਂ ਥਾਪਰ ਯੂਨੀਵਰਸਿਟੀ ਹੈ ਜਿੱਥੇ ਜੀ ਜੀ ਉੱਥੋਂ ਵੀਰੇ ਸਿੱਧਾ ਰਸਤਾ ਜੀ ਪਾਸੋਂ ਰੋਡ ਪਾਸੋਂ ਰੋਡ ਜੀ ਸਿਰਫ 6 ਕਿਲੋਮੀਟਰ ਦੀ ਦੂਰੀ ਤੇ ਬੈਠੇ ਆ ਜੀ ਆਪਾਂ ਜੀ ਪਟਿਆਲੇ ਤੋਂ ਥਾਪਰ ਯੂਨੀਵਰਸਿਟੀ ਤੋਂ ਸਿੱਧੂਵਾਲ ਪਿੰਡ ਆਉਂਦਾ ਅੱਗੇ ਅੱਗੇ ਲਚਕਾਣੀ ਪਿੰਡ ਜੀ ਇਹ ਲਚਕਾਣੀ ਪਿੰਡ ਹੈ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਜੇਕਰ ਆਪਾਂ ਲੁਧਿਆਣੇ ਤੋਂ ਆਉਣਾ ਜੀ ਫਿਰ ਲੁਧਿਆਣੇ ਤੋਂ ਵੀਰੇ ਖੰਨਾ ਜੀ ਖੰਨੇ ਖੰਨੇ ਤੋਂ ਅਮਲੋਹ ਨੂੰ ਅਮਲੋਹ ਤੋਂ ਪਾਸੋਂ ਪਾਸੋਂ ਜਦੋਂ ਪਾਸੋਂ ਤੋਂ ਪਟਿਆਲੇ ਨੂੰ ਹੁੰਨੇ ਆ ਰਸਤੇ 'ਚ ਲਚਕਾਣੀ ਪਿੰਡ ਨੇੜੀ ਆ ਜੀ ਰੋਡ ਦੇ ਉੱਪਰੇ ਬੈਠੇ ਆ ਜੀ ਸੰਗਤ ਨੂੰ ਪਤਾ ਲੱਗ ਜਾਂਦਾ ਜੀ ਇਸ ਘਰ ਦੇ ਵਿੱਚ ਅੱਜ ਸੰਗਤ ਨੂੰ ਬਹਿ ਜਦੋਂ ਨਾ ਸੰਗਤ ਆਉਂਦੀ ਆ ਵੀਰ ਜੀ ਉਹ ਇੰਨਾ ਖੁਸ਼ ਹੁੰਦੀ ਆ ਵੀਰੇ ਸਫਾਈ ਦਾ ਪਰ ਅੱਜ ਜਿਹੜਾ ਸੰਗਤ ਅੰਦਰੋਂ ਹੱਥ ਦੇਖੂਗੀ ਜੀ ਤੇ ਉਹ ਬਹੁਤ ਗੰਦਰ ਕਹਿ ਸਕਦੇ ਆ ਕਿਉਂਕਿ ਮੀਂਹ ਕਰਕੇ ਇੰਨਾ ਅੰਦਰ ਗੰਦਗੀ ਭਰ ਗਈ ਜੀ ਤੇ ਸਾਰਾ ਵੀਰ ਜਿਹੜੇ ਇੱਥੇ ਇਕੱਠੇ ਕਰਕੇ ਬਿਠਾਉਣੇ ਪੈ ਰਹੇ ਨੇ ਅੰਦਰ ਉੱਧਰ ਪਾਣੀ ਆ ਗਿਆ ਜੀ ਲਾਈਟ ਬਿਜਲੀ ਨੂੰ ਬੰਦ ਕੀਤਾ ਵੀ ਕਿਤੇ ਕਰੰਟ ਨਾ ਘਰ ਚ ਆਵੇ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਵੀਰਾਂ ਬਾਰੇ ਵੀਰ ਜੀ ਜ਼ਰੂਰ ਦੱਸਣਾ ਸੰਗਤ ਨੂੰ ਇਹ ਇਦਾਂ ਦੇ ਵੀਰ ਨੇ ਜਿਨ੍ਹਾਂ ਨਾਲ ਉਰੇ ਘਰ ਮਿਲਣਾ ਇਦਾਂ ਦੇ ਸੂਰਜ ਵਰਗੇ ਵੀਰ ਨੇ ਜਿਨ੍ਹਾਂ ਦੇ ਹਾਲ ਤੱਕ ਸਾਨੂੰ ਘਰ ਨਹੀਂ ਲੱਭੇ ਜੀ ਸੂਰਜ ਕੀ ਹਾਲ ਹੈ ਵੀਰੇ ਇਹ ਸੂਰਜ ਉਹ ਇਨਸਾਨ ਆ ਜੀ ਜਿਹੜਾ ਆਪਦਾ ਜਿਹੜਾ ਐਡਰੈਸ ਛੋਟੇ ਰਾਮ ਚੌਂਕ ਦੱਸਦਾ ਜੀ ਪਰ ਉਸ ਤੋਂ ਅੱਗੇ ਕੁਛ ਨਹੀਂ ਪਤਾ ਛੋਟੇ ਰਾਮ ਚੌਂਕ ਹਾਂਜੀ ਔਰ ਇਦਾਂ ਦੇ ਵੀਰ ਨੇ ਜਿਹੜੇ ਨਿਹੱਲੇ ਵਰਗੇ ਵੀਰ ਜਿਹੜੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਲਿਆ ਇੱਥੇ ਕੋਈ ਵਕਤ ਸੀਗਾ ਜੀ ਕੋਈ ਵੇਲਾ ਸੀਗਾ ਜੀ ਸਮਾਂ ਪੁੱਠਾ ਚੱਲ ਪਿਆ ਸੀ ਇਹ ਵੀਰ ਅਸੀਂ ਨਕੋਦਰ ਤੋਂ ਲੈ ਕੇ ਆਏ ਸੀ ਪਿਛਲੇ 20 ਸਾਲ ਤੋਂ ਵੀਰ ਜੀ ਗੰਦੀਆਂ ਚੀਜ਼ਾਂ ਘਰੇ ਆਪਣੇ ਟਾਇਲਟ ਬਾਥਰੂਮ ਦੇ ਵਿੱਚ ਇਕੱਠੀਆਂ ਕਰਕੇ ਇੰਨਾ ਕੁ ਢੇਰ ਲਾ ਲਿਆ ਸੀ ਜੀ ਵੀ ਉਸ ਝੱਲਣ ਯੋਗ ਨਹੀਂ ਸੀਗੀ ਚੀਜ਼ ਜਿਹੜੀ ਲੱਤ ਆ ਜੀ ਉਹ ਵੀ ਪਿਛਲੇ 20 ਸਾਲ ਤੋਂ ਵੀਰ ਜੀ ਟੁੱਟੀ ਹੋਈ ਆ ਪਰ ਬੜੇ ਦੁੱਖ ਦੀ ਗੱਲ ਆ ਜੀ ਜਿਹੜਾ ਇਸ ਵੀਰ ਦੇ ਉੱਪਰ ਇਹ ਸਮਾਂ ਆਇਆ ਪਰ ਕਿਸੇ ਨੇ ਇਲਾਜ ਕਰਾਉਣ ਲਈ ਕੋਈ ਅੱਗੇ ਨਹੀਂ ਆਇਆ ਜੀ ਕਿਉਂਕਿ ਜਦੋਂ ਲੱਤ ਟੁੱਟੀ ਉਸ ਤੋਂ ਬਾਅਦ ਇਹ ਵੀਰ ਮੈਂਟਲੀ ਇੰਨਾ ਜ਼ਿਆਦਾ ਅਪਸੈਟ ਹੋ ਗਿਆ ਜੀ ਉਸ ਤੋਂ ਬਾਅਦ ਇਹਨੇ ਘਰੇ ਸਾਰੀ ਆਪਣੀ ਜਿਹੜੀ ਗੰਦਗੀ ਭਰ ਲਈ ਜੀ ਉਸ ਤੋਂ ਬਾਅਦ ਜਿੱਦਾਂ ਜੀ ਸਾਰੀ ਇਹ ਵੀਰ ਜਿੱਦਾਂ ਇਹ ਪਿੱਛੇ ਇਹ ਵੀਰ ਨੇ ਰਾਜੇ ਹੋਣੀ ਇਹਨਾਂ ਦੇ ਵੀ ਪੈਰ 'ਚ ਕੀੜੇ ਪੈ ਗਏ ਸੀ ਵੀਰੇ ਇਹ ਵੀ ਹੁਣ ਠੀਕ ਨੇ ਪੈਰ ਦਾ ਆਪਰੇਸ਼ਨ ਹੋ ਗਿਆ ਇਹ ਵੀ ਸਾਡੇ ਕੋਲੇ ਦੋ ਭਰਾ ਨੇ ਜੀ ਇਹ ਵੀ ਇੰਨੇ ਅਪਸੈਟ ਸੀ ਵੀਰ ਜੀ ਉਸ ਵਕਤ ਦੇ ਹਾਲਾਤ ਨਾ ਸੰਗਤ ਨੇ ਦੇਖੇ ਸੀ ਬਹੁਤ ਦਰਦਨਾਕ ਸੀਗੇ ਜੀ ਪਰ ਹੁਣ ਇਹ ਵੀਰ ਬਹੁਤ ਜ਼ਿਆਦਾ ਠੀਕ ਨੇ ਦੋਨੇ ਭਰਾ ਇੰਨੀ ਸੇਵਾ ਕਰਦੇ ਨੇ ਜੀ ਕੀ ਬਾਤ ਆ ਉਹ ਵੀਰ ਨੇ ਜਿਹੜੇ ਪਿੱਛੇ ਅੱਗੇ ਬੈਠੇ ਨੇ ਜੀ ਉਹਨਾਂ ਦੇ ਤਾਂ ਪੈਰ ਦੇ ਵਿੱਚ ਜ਼ਖਮ ਸੀਗਾ ਜੀ ਕੀੜੇ ਪੈ ਗਏ ਸੀ ਉਹ ਪੈਰ ਆਪਾਂ ਨੂੰ ਕੱਟਣਾ ਪਿਆ ਜੀ ਫਿਰ ਕਿਉਂਕਿ ਹੱਲੇ ਨਹੀਂ ਬਚਿਆ ਸੀਗਾ ਜੀ ਸੰਗਤ ਤੋਂ ਮਾਫ਼ੀ ਮੰਗਦੇ ਆ ਜਿਹੜੀ ਇੰਟਰਵਿਊ ਬੜੇ ਵਧੀਆ ਤਰੀਕੇ ਨਾਲ ਹੋਣੀ ਸੀ ਪਰ ਜਿਹੜਾ ਇਹ ਖਲਾਰਾ ਪੈ ਗਿਆ ਨਾ ਜੀ ਜਿਹੜਾ ਮੀਂਹ ਪੈ ਗਿਆ ਨਾ ਜੀ ਉਹਦੇ ਕਰਕੇ ਸਾਰਾ ਮੀਂਹ ਕਰਕੇ ਹੁਣ ਭੱਜ ਦੌੜ ਪੈ ਗਈ ਜਿਹੜੀ ਹੈ ਸਮਾਨ ਸਾਰਾ ਚੱਕਣਾ ਪਿਆ ਅੰਦਰ ਹਨੇਰਾ ਬਹੁਤ ਜ਼ਿਆਦਾ ਪਰ ਅੰਦਰ ਵੀ ਪਾਣੀ ਹੈ ਜਿਹੜਾ ਉਹ ਭਰ ਚੁੱਕਿਆ ਜੀ ਆਓ ਤੁਸੀਂ ਦੇਖਣਾ ਸੰਗਤ ਹਾਂਜੀ ਬਿਲਕੁਲ ਬਿਲਕੁਲ ਬਾਕੀ ਗੁਰਮੀਤ ਸਿੰਘ ਵਰਗੇ ਵੀਰ ਨੇ ਜਿਹੜੇ ਪਿਛਲੇ ਵੀਰੇ 19-19 20-20 ਸਾਲ ਤੋਂ ਘਰੇ ਸੰਗਲ ਨਾਲ ਬੰਨੇ ਹੋਏ ਤੇ ਇਹ ਸੀ ਵੀਰ ਰੋਡੇ ਪਿੰਡ ਤੋਂ ਲਿਆਂਦਾ ਸੀ ਜੀ ਮੋਗੇ ਜ਼ਿਲ੍ਹੇ 'ਚੋਂ ਇਹ ਵੀਰ ਦੇ ਵੀ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਜੀ ਹੁਣ ਵੀ ਇਹ ਵੀਰ ਸਿਰਫ ਇਹਦੀ ਕੇਅਰ ਹੋਊਗੀ ਠੀਕ ਨਹੀਂ ਹੋ ਸਕਦਾ ਕਿਉਂਕਿ ਅਸਲ ਜਨਮ ਤੋਂ ਇਹ ਵੀਰ ਨੇ ਜਿਨ੍ਹਾਂ ਨੂੰ ਲੋੜ ਹੈ ਇਸ ਘਰ ਦੀ ਇੱਕ ਅਸੀਂ ਵੀਰ ਹੋਰ ਲੈ ਕੇ ਆਏ ਪਿੱਛੇ ਪਿਆ ਜੀ ਉਹ ਵੀਰ ਉੱਦਾਂ ਉਹ ਵੀਰ ਆ ਜਿਹਦੀਆਂ ਲੱਤਾਂ ਜਿਹੜੀਆਂ ਜੇ ਸੰਗਤ ਦੇਖ ਪਾਊਗੀ ਛਾਤੀ ਦੇ ਨਾਲ ਜੁੜੀਆਂ ਦੀਆਂ ਨੇ ਜੀ ਉਸ ਵੀਰ ਦੇ ਹਾਲਾਤ ਕੀ ਨੇ ਜੀ ਅਸੀਂ ਇਕੱਲੇ ਲੈ ਕੇ ਆਏ ਜੀ ਉਸ ਵੀਰ ਨੂੰ ਆਪਾਂ ਅਮਰੀਕ ਵੀਰੇ ਮੜਦਾ ਬੈਠੇ ਹੋਇਓ ਬੈਠੇ ਹੋਇਓ
ਬੈਠੇ ਹੋਏ ਬੈਠੇ ਬੈਠੇ ਮੜ ਜਾ ਇੱਧਰ ਨੂੰ ਹੀ ਗੁਰਮੀਤ ਇਸ ਵੀਰ ਦੀਆਂ ਜਿਹੜੀਆਂ ਲੱਤਾਂ ਨੇ ਜੀ ਵੀਰੇ ਉਹ ਛਾਤੀ ਦੇ ਨਾਲ ਜੁੜੀਆਂ ਵੀ ਨੇ ਪਰ ਕੋਈ ਵੇਲਾ ਸੀ ਜਦੋਂ ਇਹ ਤੁਰਦਾ ਫਿਰਦਾ ਸੀ ਆਪਣੇ ਪੈਰਾਂ ਤੇ ਭੱਜਿਆ ਫਿਰਦਾ ਸੀ ਪਰ ਐਸਾ ਸਮਾਂ ਕਿ ਇੱਦਾਂ ਦੇ ਵੀਰਾਂ ਦੀ ਇੱਥੇ ਸੇਵਾ ਹੁੰਦੀ ਹੈ ਜੀ ਇਹ ਬਾਪੂ ਜੀ ਪਟਿਆਲੇ ਤੋਂ ਲਿਆਂਦੇ ਇਹਨਾਂ ਦੀ ਵੀ ਪੂਰੀ ਲੱਤ 'ਚ ਵੀਰੇ ਕੀੜੇ ਪੈ ਗਏ ਸੀ ਜੀ ਘਰੇ ਲੱਤੇ ਗਲ ਗਈ ਸੀ ਸਾਰੀ ਹਾਂਜੀ ਹਾਂਜੀ ਔਰ ਇਹਨਾਂ ਦੀ ਪੂਰੀ ਲੱਤ ਦੀ ਸਰਜਰੀ ਹੋਈ ਵੀ ਆ ਜੀ ਇੱਦਾਂ ਦੇ ਵੀਰ ਇੱਥੇ ਰਹਿੰਦੇ ਨੇ ਜੀ ਅਗਰ ਇੱਦਾਂ ਦੇ ਵੀਰਾਂ ਨੂੰ ਸੰਗਤ ਮਿਲਣ ਲਈ ਵੀ ਜ਼ਰੂਰ ਆਵੇ ਸਾਡੇ ਕੋਲ ਕੈਂਡੀ ਵਰਗੇ ਵੀਰ ਬੈਠੇ ਨੇ ਜਿਹਨਾਂ ਨੂੰ ਘਰਾਂ 'ਚ ਸੰਗਲ ਲਾਇਆ ਵਾ ਤੀ ਸਾਡੇ ਕੋਲ ਗੋਗੀ ਗੀਤਕਾਰ ਵਰਗੇ ਵੀਰ ਬੈਠੇ ਨੇ ਇਹ ਉਹ ਵੀਰ ਆ ਜਿਹੜਾ ਅੱਜ ਕੱਲ੍ਹ ਕੋਈ ਗੀਤਕਾਰ ਮਸ਼ਹੂਰ ਆ ਜੀ ਕਪਤਾਨ ਕੋਈ ਉਸ ਵੀਰ ਦਾ ਇਹ ਫਰੈਂਡ ਆ ਜੀ ਕਪਤਾਨ ਕੋਈ ਗੀਤਕਾਰ ਆ ਜੀ ਇਹ ਵੀਰ ਗੀਤ ਲਿਖਦਾ ਸੀ ਬਠਿੰਡੇ ਤੋਂ ਲੈ ਕੇ ਆਇਆ ਜੀ ਪਰ ਸਮਾਂ ਐਸਾ ਹਾਂਜੀ ਹਾਂ ਦੋਸਤ ਸੀਗਾ ਗੋਗੀ ਜੀ ਵੀਰ ਉਹਨਾਂ ਨਾਲ ਗੱਲਬਾਤ ਕਰਿਓ ਠੀਕ ਆ ਆ ਜਾਓ ਉਰੇ ਆਓ ਉਰੇ ਆਓ ਹਾਂ ਹੋਰ ਵੀਰੇ ਕੀ ਹਾਲ ਆ ਠੀਕ ਠਾਕ ਵਧੀਆ ਬੇਟੇ ਵੀ ਉਹਨਾਂ ਨਾਲ ਭਰਾ ਇੱਧਰ ਆ ਜਾ ਹੋਰ ਠੀਕ ਠਾਕ ਹੋ ਹਾਂਜੀ ਵੀਰੇ ਅੱਛਾ ਇਹ ਬਾਈ ਬਹੁਤ ਸੋਹਣੇ ਆਵਾਜ਼ ਬਹੁਤ ਸੋਹਣੀ ਹੈ ਮੈਂ ਪਹਿਲਾਂ ਇੰਟਰਵਿਊ ਤੋਂ ਪਹਿਲਾਂ ਜਦੋਂ ਅਸੀਂ ਆਏ ਸੀਗੇ ਅਤੇ ਬਾਈ ਹੁਣੀ ਕੰਮ ਕਰ ਰਹੇ ਸੀ ਫਿਰ ਮੈਂ ਬਾਈ ਨਾਲ ਮਾੜਾ ਜਿਹਾ ਜਿਹੜਾ ਵਾਰਤਾਲਾਪ ਕੀਤੀ ਅਤੇ ਬਾਈ ਹੁਣਾਂ ਨੇ ਇੱਕ ਧਾਰਮਿਕ ਜਿਹੜਾ ਗੀਤ ਆ ਨਾ ਉਹ ਬਹੁਤ ਵਧੀਆ ਤੁਹਾਡੀ ਆਵਾਜ਼ ਦੇ ਵਿੱਚ ਇੱਕ ਬਾਈ ਮੈਂ ਸਰ ਨੂੰ ਬਹੁਤ ਮੰਨਦਾ ਜੀ ਉਹ ਨਹੀਂ ਨਹੀਂ ਮੈਂ ਇੱਕ ਪੈਨ ਅਤੇ ਡਾਇਰੀ ਲੈਤੀ ਸੀਗੀ ਉਸ 'ਤੇ ਮੈਂ ਤੋਂ ਗੀਤ ਲਿਖੇ ਸੀਗੇ ਅਤੇ ਉਹ ਮੇਰੇ ਤੋਂ ਗਲਤੀ ਹੋ ਗਈ ਸੀ ਇੱਕ ਵਾਰੀ ਉਹ ਮੈਂ ਗਲਤੀ ਮੰਨਦਾ ਜੀ ਤੁਸੀਂ ਸੁਣਾਓ ਇੱਕ ਗੀਤ ਸੁਣਾਓ ਕੋਈ ਵਧੀਆ ਜਿਹਾ ਕੋਈ ਕਦੇ ਮੇਰੇ ਬੋਲਾਂ ਚੋਂ ਸੀ ਸ਼ਹਿਦ ਵਗਦਾ ਤੇ ਅੱਜ ਤੈਨੂੰ ਨਿੰਮਾਂ ਤੋਂ ਵੀ ਕੌੜੇ ਲੱਗਦੇ ਸੱਚ ਹੀ ਸਿਆਣੇ ਗੱਲਾਂ ਕਹਿੰਦੇ ਹੁੰਦੇ ਆ ਬਈ ਸੱਜਣ ਪਿਆਰੇ ਨੈਣਾ ਨਾਲ ਠੱਗਦੇ ਉਦਾਂ ਫੈਸਲਾ ਤਾਂ ਉੱਤੇ ਵਾਲੇ ਨਹੀਂ ਕਰਨੇ ਨੀ ਵੈਸੇ ਸੱਚ ਦੱਸੀ ਉਂਝ ਸੀ ਕਸੂਰ ਕਿਸ ਦਾ ਤੂੰ ਯਾਦ ਰੱਖੀ ਅੱਜ ਉਹੀ ਯਾਰ ਛੱਡਿਆ ਜਿਹਦੇ ਵਿੱਚੋਂ ਸੀਗਾ ਕਦੇ ਰੱਬ ਦਿਸਦਾ ਕਿਆ ਬਾਤ ਹੈ ਕਿਆ ਬਾਤ ਹੈ ਹਾਂ ਇੱਕ ਸਾਡਾ ਵੀਰ ਹੋਰ ਤੇ ਬਹੁਤ ਵਧੀਆ ਬਾਈ ਜੀ ਮੈਨੂੰ ਗਲਤੀ ਹੋਈ ਜਦੋਂ ਵੀ ਮੈਂ ਗੀਤ ਗਾਉਣ ਦੀ ਲਿਖਣ ਦੀ ਕੋਸ਼ਿਸ਼ ਕਰਦਾ ਮੇਰੀ ਮਾਂ ਮੈਨੂੰ ਚੇਤੇ ਇਹਦੇ ਵਿੱਚ ਮੇਰੇ ਮਾਂ ਸ਼ਬਦ ਪੈ ਜਾਂਦਾ ਜੀ ਵਿੱਚ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਅੱਛਾ ਇੱਕ ਬਹੁਤ ਜ਼ਿਆਦਾ ਠੀਕ ਹੁੰਦਾ ਸੀ ਮੁੰਡਾ ਜੀ ਬਹੁਤ ਸ਼ੌਕੀ ਮੁੰਡਾ ਮਾਤਾ ਦੀ ਡੈਥ ਹੋਈ ਉਸ ਤੋਂ ਬਾਅਦ ਇੱਕ ਦੋ ਇਹੋ ਜਿਹੀ ਜ਼ਿੰਦਗੀ ਦੀ ਘਟਨਾ ਫਿਰ ਇੱਕ ਗੀਤ ਦੇ ਵਿੱਚ ਮੈਥੋਂ ਮਾਂ ਪੈ ਜਾਂਦਾ ਵੀ ਜੀ ਜਿੱਥੇ ਵੀ ਮੈਂ ਕੋਸ਼ਿਸ਼ ਕਰਦਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜੋ ਤੇਰਾ ਕੀਆ ਮਿੱਠਾ ਲੱਗਾ ਸਾਰਾ ਕੁਝ ਜੋ ਪਰਮਾਤਮਾ ਨੂੰ ਕਰ ਰਿਹਾ ਤੇਰੀ ਰਜ਼ਾ ਆ ਠੀਕ ਆ ਜੀ ਤੇ ਆਉਣਾ ਜਾਣਾ ਤਾਂ ਬਣਿਆ ਠੀਕ ਆ ਜੀ ਤੇ ਉਹ ਛੋਟੇ ਛੋਟੇ ਬੱਚੇ ਵੀ ਹੈਗੇ ਨੇ ਜਿਨ੍ਹਾਂ ਦੇ ਪੇਰੈਂਟਸ ਹੀ ਨਹੀਂ ਹੈਗੇ ਉਹਨਾਂ ਠੀਕ ਆ ਬਾਈ ਜ਼ਿੰਦਗੀ ਨੂੰ ਮਾਣੋ ਠੀਕ ਆ ਜੀ ਸਟ੍ਰੈਸ ਨਹੀਂ ਰਹੀਦਾ ਹੁੰਦਾ ਚੀਜ਼ ਦਾ ਲਿਖਦਾ ਆ ਨਾ ਬਹੁਤ ਸੋਹਣਾ ਲਿਖਦਾ ਇਹ ਅਸੀਂ ਵੀਡੀਓਜ਼ ਬਣਾਉਂਦੇ ਹਾਂ ਅਸੀਂ ਵੀ ਸਾਨੂੰ ਬੜੇ ਵਧੀਆ ਵਧੀਆ ਮੈਸੇਜ ਆਉਂਦੇ ਨੇ ਕਿ ਬਾਈ ਤੁਸੀਂ ਵੀਡੀਓਜ਼ ਜਦੋਂ ਤੁਹਾਡੀ ਵੀਡੀਓ ਦੇਖਦੇ ਹਾਂ ਅਸੀਂ ਮੈਂ ਆਹ ਗੱਲੋਂ ਦੁਖੀ ਸੀ ਇੱਕ ਵੀਰ ਦਾ ਇੱਕ ਮੈਸੇਜ ਆਇਆ ਕਹਿੰਦਾ ਬਾਈ ਜੀ ਮੈਂ ਸੁਸਾਈਡ ਕਰਨ ਲੱਗਾ ਸੀਗਾ ਅੱਛਾ ਜੀ ਮੈਂ ਸੁਸਾਈਡ ਕਰਨ ਲੱਗਾ ਸੀ ਕੁਦਰਤੀ ਮੇਰੇ ਦਿਮਾਗ 'ਚ ਚਲੋ ਮਤਲਬ ਕਿਸੇ ਇੱਕ ਤਰੀਕੇ ਨਾਲ ਮੈਂ ਖੜ ਗਿਆ ਕੁਦਰਤੀ ਕਹਿੰਦਾ ਮੈਂ ਕਿਹਾ ਚਲ ਫੋਨ ਕਿਸੇ ਤਰੀਕੇ ਨਾਲ ਮੈਂ ਫੋਨ 'ਤੇ ਕਹਿੰਦਾ ਵੀਡੀਓ ਦੇਖ ਲਈ ਬਾਈ ਮੈਂ ਤੁਹਾਨੂੰ ਕਮੈਂਟ ਵੀ ਜਿਹੜਾ ਮੈਂ ਤੁਹਾਨੂੰ ਦਿਖਾ ਦੂੰਗਾ ਜੀ ਕਿ ਇੱਦਾਂ ਦੇ ਲੋਕ ਨੇ ਤਾਂ ਕਰਕੇ ਵੀਰ ਗੱਲ ਇਹ ਹੈਗੀ ਕਿ ਹੱਸਦਿਆਂ ਦੇ ਘਰ ਵੱਸਦੇ ਆ ਜੀ ਠੀਕ ਖੁਸ਼ ਰਿਹਾ ਕਰੋ ਠੀਕ ਹੈ ਜਿਨ੍ਹਾਂ ਤੋਂ ਖੁਸ਼ ਰਹੇਗਾ ਵੀਰੇ ਠੀਕ ਹੈ ਜੀ ਬਹੁਤ ਮੰਨਦਾ ਜੀ ਨਹੀਂ ਨਹੀਂ ਸਰ ਤਾਂ ਕਿਆ ਬਾਤ ਆ ਜੀ ਠੀਕ ਹੈ ਜੀ ਅਤੇ ਬਹੁਤ ਸੋਹਣਾ ਅਤੇ ਇੱਕ ਮੈਂ ਵੀ ਹੁਣ ਬਾਈ ਨੂੰ ਸੁਣਾਵਾਂਗਾ ਇੱਕ ਜੀ ਸੁਣਾਈਏ ਜੀ ਹਾਂਜੀ ਬਿਲਕੁਲ ਚਲੋ ਜੀ ਹਾਂਜੀ ਐਸੀ ਸੂਰਤ ਗੁਰਾਹ ਨੇ ਬਖਸ਼ ਦਿੱਤੀ ਹੋਵੇ ਲੱਖਾਂ 'ਚ ਪਛਾਣ ਦਸਤਾਰ ਕਰਕੇ ਉਹ ਬਾਣੀ ਮਾਖੇ ਉਹ ਮਿੱਠੀ ਬੋਲਦੇ ਨੇ ਦਿਲ ਲੁੱਟ ਲੈਂਦੇ ਗੁਫਤਾਰ ਕਰਕੇ ਉਹ ਜਦੋਂ ਅੱਤ ਹੁੰਦੀ ਖੰਡੇ ਚੁੱਕ ਲੈਂਦੇ ਫੜੇ ਜਾਣ ਨਾ ਐਸੀ ਰਫਤਾਰ ਕਰਕੇ ਉਹ ਮੁਲਕ ਚੈਨ ਨਾਲ ਰੋਟੀ ਖਾਵਦਾ ਹੈ ਸੋ ਰੱਬ ਦੀ ਸਿਰਫ ਸਰਦਾਰ ਕਰਕੇ ਇਹ ਚੀਜ਼ ਬਾਈ ਆਪਾਂ ਉਹ ਕੌਮ ਦੇ ਵਿੱਚੋਂ ਹਾਂ ਨਾ ਛੋਟੇ ਵੀਰ ਠੀਕ ਹੈ ਨਾ ਅਸੀਂ ਉਹ ਕੌਮ ਦੇ ਵਿੱਚੋਂ ਹਾਂ ਠੀਕ ਹੈ ਜੀ ਹਾਂ ਬਿਨਾਂ ਸੀਸ ਤੋਂ ਵੀ ਲੜੀ ਜਾਂਦੇ ਹਾਂ ਟੈਨਸ਼ਨ ਛੱਡਦੇ ਹਾਂ ਖੁਸ਼ ਰਿਹਾ ਕਰ ਤੇਰੇ ਨਾਲ ਦੇ ਦੇਖ ਮੁੰਡੇ ਹਨਾ ਕਿੱਥੇ ਵਗ ਗਏ ਤੇ ਉਹਨੇ ਕਾਮਯਾਬ ਹੋਣਾ ਬਾਈ ਹੁਣਾਂ ਨੇ ਕਿਹਾ ਗਾਣਾ ਵੀ ਹਨਾ ਬਾਈ ਦਾ ਇਹਨਾਂ ਨੇ ਹੋਰ ਵੀ ਬੜੇ ਕਾਫੀ ਗੀਤ ਲਿਖੇ ਸੀ ਵੀਰ ਜੀ ਜਦੋਂ ਨਾ ਇਹਦੀ ਮਤਲਬ ਦੀ ਡੈਥ ਹੋਈ ਇਹਨੇ ਜਦੋਂ ਘਰੇ ਆਏ ਨੇ ਮੋਬਾਈਲ ਛੱਡਤਾ ਤਾਂ ਮੋਬਾਈਲ ਫੁੱਟ ਗਿਆ ਉਹਦੇ ਵਿੱਚ ਤੇ ਗੀਤ ਲਿਖੇ ਹੋਏ ਤੇ ਉਹਦਾ ਵੀ ਇਹਨੂੰ ਸਦਮਾ ਲੱਗਿਆ ਜੀ ਹੁਣ ਇਹ ਲਿਖਣ ਦੀ ਕੋਸ਼ਿਸ਼ ਕਰਦਾ
गुरु साहब ठीक कर देना इन्हू जरूर, ये तो धार्मिक गीत रिकॉर्ड भी करवा देंगे असं, ये भी इन्हू वादा किया तू ठीक होके दोबारा लिख तो तेरा धार्मिक गीत रिकॉर्ड करके संगत अगे पेश कर। बिल्कुल बिल्कुल बिल्कुल। बाकी जो घर भी बारे जरूर दसो संगत को, संगत कन्फ्यूज ना हो क्योंकि जी वीडियो ने बह जा भी हाँ जी जीडियो ने भीर जी सारी संगत न हासे दे वीडियो ने। हाँ जी हाँ जी हाँ जी। इदां दे वीर ने जिहड़े मेंटली होए वे ने जिहड़े जिहड़े कदे बाहर कदे अंदर कदे बाहर कदे अंदर आपू जिहड़ा परमा ठीक करे वीर दा। और इदां दे वीर ने असीं गऊशाला चों छड़वाए सी वीर। हाँ जी हाँ जी हाँ जी। सत बंदे दो बीबियां जी। हाँ जी हाँ जी हाँ जी। इक असीं मजीठे हल्के चों वीर जी बच्चा छड़ाया सी छोटा जिहा, उहदे ते वी तुसीं सर देखो तुसीं गल करी दस्तार दी। हाँ। इक दस्तार करके पर एक उह वी दस्तार वाले दी जिन्हां दा असीं चेहरा नंगा करना चाहुंदे आ जी। उदां दे बंदिआं ने इस पंथ नूं साडे नूं कमजोर कीता, गात्रे पा के उदां दे बच्चां ते जुल्म कीता। उन्होंने 16-17 साल दे बच्चां नूं कुट्टी गए जी। होर इदां दे बड़े वीर ने पंजाब दे विच मसालां ने जिहड़े किसे नूं गुलाम कर लैंदे ने। इस तां उह बंदे सी जिहड़े किसे नूं आजाद करवाउंदे सी, पर साडे अज भरा अज पंजाब नूं कुछ हो गया। असीं तुहानूं पहलां वी दस्सिआ जी साडे पंजाब दे मत्थे ते कलंक ने संस्थावां, इहनां दी कोई लोड़ नहीं सीगी जी। गुरु साहब मेहर करन कोई इदां दा राज आवे, इदां दा कोई समां कला वरतौण महाराज, इदां दे जिहड़े दुखी इंसान ने उन्हां दी जिंदगी जिहड़ी स्वर्ग बण जावे। सानूं की लोड़ पई इदां दे घर बनाउण दी, असीं इहनां नूं अपने हत्थां नाल बंद करांगे जे किते उदां दा समां आऊगा जी। पर इदां दे वीर ने साडे कोले लाडी वर्गे, इह वीर बैठा लाडी विच जी, इह वी 2-3 साल परिवार ने संगल ला के रख्या जी। किहड़ा वीर जी? इह वीर लाडी जी। लाडी वीर, हां जी, की हाल है लाडी वीर? ठीक ठाक। आज इत्थे आज वीरे वीरे गल आ जा लाडी आ जा। हां लाडी वीरे, गुसलखाने बन के रखिया जी, जैतों पिंड कोले डोढ़ पिंड जैतों कोले जी। इदां ही साडे कोल राजू बहुत वीर ने जिहड़े उहनां दा खलारा पैण करके ना सारा जिहड़े प्लानिंग सी अपनी गुलामी कट रहे थे। असीं हुण इक चमकौर साहिब एरिया चों विराजू नाम दा बजुर्ग वीर छड़ाए सी, 20-25 साल इन्हां दा तशद्दुद करी गए बजुर्ग बंदिआं ते, सिर च वी इन्हां दे अट्टण हो गया सी गोहा चक चक के, गोहा ही चक चक के। इक जिहड़े असीं गऊशाला चों छड़वाए जी उहनां चों वी इक वीर वीरे दूए दिन अगले दिन उठ के उरे गेट खड़का के कहिंदा मैं तुहाडा गोहा चका गोहा चकना। शायद ओह बुजुर्ग जिहड़े लै गए शायद, हांजी ओह चले गए जी। ओह तुसीं देखो बड़ी खुशी दी गल संगत जी, ओह वीर 16 साल दी उम्र च लापता होए सी, 22-23 साल बाद उरों मिले जी। ओह 22-23 साल किसे दे तां घरे रहे, क्यों नहीं कोई घरे छड के आया, घरे छड के असीं वी तां लभी ओहदा घर जी, ते बिल्कुल नाले इत्थों 100-150 किलोमीटर दी दूरी ते आ सारा, कुछ भी दूर नहीं सीगा उहदा घर नहीं। इह बापू जी तुहाडे पिछे बैठे ने जी। हांजी हांजी। इहनां दे वी वीर जी पैर दे विच कीड़े पै गए जी, सज्जे पैर च जी, ये भी स्टार्टिंग तो साढ़े कोल ने, जख्म हुण मिट गया जी। इस जगह दे विच कीड़े सी, जिमीदार परिवार नाल संबंधित ने, खेती करदे सी, दो भरावां कोल 15 किले जमीन सी, लुधियाने कोले पमाला पिंड है जी। पमाला हैगा जी जी जी। ये उत्थे बड़ी जिंदगी, हुण तां जदों सानूं मिले सी ना जी उदों तां बहुत बुरे हालात ते शरीर च जान नहीं सी, टॉयलेट भी विच सी, पर हुण इन्नी ज़्यादा खुराक दे नाल बड़े वधिया एक्टिव हो गए। इह दविंदर बैठा जी, लुधियाने बिजली बोर्ड च जॉब करदा सी वीर। दविंदर की हाल ने वीर नाल गल कर रहा है? ठीक ठाक आ। मोटर मोटर जे आपां कोई खराब करू होए कर दो, बंद दोगे? पक्की गल आ भाई दा, मैं देखिया सी। आ जाओ आ जाओ। ए जी तारां दे पुठे जोड़ ला ना, तां करके कटता दविंदर है ना, सही गल आ ना, इहने इक दो बंदे दे मीटर रोकते ते तां करके कटता जी। सही गल, क्योंकि वीरे उहनां दा कंटेंट आ हसाउण वाला, इह हसासी मजाक वाला बंदा साडे कोल। नहीं बिल्कुल बिल्कुल, इह भाई हुणां ने इक दिन ना जी, हांजी सारे जाणे बैठे जी जी जी, इदां ही बैठे जदों मैं आया जी, कहिंदा बाबा जी मैं घरे वग जां, मैं की होया? कहिंदा ਸਾਡੇ ਘਰੇ ਤਾਂ ਕਹਿੰਦਾ ਡੈਥ ਹੋ ਗਈ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗਿਆ ਨਾ? ਮੈਨੂੰ ਆਪੇ ਪਤਾ ਲੱਗ ਗਿਆ, ਛੁੱਟੀ ਮਾਰਦਾ ਛੁੱਟੀ ਮਾਰਦਾ ਮਾਰਨਾ। ਹਾਂਜੀ ਹੁਣੇ ਕ੍ਰਿਕਟ ਵੀ ਖੇਡਦੇ ਨੇ ਬਾਹਰ ਵਿਹੜੇ ਚ ਡੇਲੀ। ਕਿਤੇ ਕਿਸੇ ਮੀਟਰ ਕੱਟਣ ਗਿਆ ਸੀਗਾ ਤੇ ਉਹ ਕਿਤੇ ਏਦਾਂ ਬਦਲਾ ਜੱਟੀ ਦਾ ਫਿਲਮ ਚੱਲ ਰਹੀ ਸੀ, ਬਾਈ ਨੇ ਮੀਟਰ ਕੱਟਤਾ, ਫਿਰ ਉਹਨਾਂ ਨੇ ਬਾਈ ਕੱਟਤਾ, ਏਦਾਂ ਹੀ ਹੋਇਆ ਸੀ। ਮੈਨੂੰ ਪਤਾ ਨਹੀਂ ਲੱਗਿਆ ਜੀ, ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਦੱਸੀ ਕੋਈ, ਮੈਨੂੰ ਕਹਿੰਦੇ ਵੀ ਹੁਣ ਤੂੰ ਕਹਿੰਦੇ ਫ੍ਰੀ ਆ, ਮੈਂ ਫ੍ਰੀ ਕਿਵੇਂ ਆ ਜੀ? ਮੈਂ ਸਮਝ ਗਿਆ ਤੁਹਾਡੀ ਥੋੜ੍ਹੀ ਗੱਲ ਵੀ ਕੀ ਕਹਿਣਾ ਚਾਹੁੰਦੇ ਨੇ। ਮੈਂ ਪੁੱਛਿਆ ਮੈਨੂੰ ਦੱਸ ਦਿਓ ਜੀ, ਕਹਿੰਦੇ ਹੁਣ ਤੂੰ ਫ੍ਰੀ ਆ, ਤੈਨੂੰ ਦੱਸਤਾ ਬਸ। ਤੁਸੀਂ ਨੌਕਰੀ ਕਰਦੇ ਸੀ ਉਸ ਵਕਤ ਦੀ ਵੀਰ ਉਹਨੇ ਗੱਲ ਕਰਦੇ ਨੇ? ਹਾਂ ਜੀ, ਉਸ ਵਕਤ ਤੁਸੀਂ ਸੱਚੀ ਵਿੱਚ ਉਹ ਤਾਰਾਂ ਪੁੱਠੀਆਂ ਜੋੜਤੀਆਂ ਤੀਆਂ? ਨਾ ਜੀ, ਕੋਈ ਗਲਤੀ ਵੀ ਨਹੀਂ ਹੋਈ ਜੀ। ਅੱਛਾ ਜੀ। ਪਤਾ ਨਹੀਂ ਕਿਉਂ ਕੱਢਤਾ ਜੀ ਉਹਨਾਂ ਨੇ, ਕੱਢਿਆ ਵੀ ਹੈ ਨਹੀਂ, ਆਏ ਵੀ ਨਹੀਂ, ਕਹਿੰਦੇ ਕੱਢਿਆ। ਠੀਕ ਹੈ। ਮੈਨੂੰ ਕਹਿੰਦੇ ਸਾਈਨ ਕਰ ਦੇ ਇੱਕ, ਵੀ ਤੈਨੂੰ ਨੌਕਰੀ ਨਹੀਂ ਚਾਹੀਦੀ ਹੈ, ਕਹਿੰਦੇ ਮੈਡਮ ਕਹਿੰਦੀ। ਠੀਕ ਹੈ ਜੀ। ਵੀ ਸਾਈਨ ਕਰ, ਮੈਂ ਜੀ ਮੈਂ ਨਹੀਂ ਸਾਈਨ ਕਰਦਾ, ਮੈਨੂੰ ਨੌਕਰੀ ਚਾਹੀਦੀ ਹੈ ਜੀ। ਠੀਕ ਹੈ। ਕਹਿੰਦੇ ਅਸੀਂ ਕਹਿ ਰਹੇ ਹਾਂ ਜੀ ਦਵਿੰਦਰ ਵੀ ਤੈਨੂੰ ਨੌਕਰੀ ਨਹੀਂ ਚਾਹੀਦੀ, ਮੈਂ ਜੀ ਮੈਨੂੰ ਚਾਹੀਦੀ ਹੈ ਨੌਕਰੀ, ਆਹੀ ਬਹਿਸ ਵੀ ਨਹੀਂ ਹੋਈ ਜੀ, ਮੈਂ ਪਿਆਰ ਦੇ ਪਿਆਰ ਜੀ ਕਹਿੰਦੇ ਰਹੇ ਜੀ, ਮੈਂ ਜੀ ਮੈਨੂੰ ਚਾਹੀਦੀ ਹੈ ਨੌਕਰੀ।
ਕਹਿੰਦੇ ਤੂੰ ਸਾਈਨ ਕਰਦੇ ਤੇ ਨੌਕਰੀ ਨਹੀਂ ਚਾਹੀਦੀ ਜੀ ਮੈਂ ਸਾਈਨ ਨਹੀਂ ਕਰਿਆ ਜੀ ਮੈਂ ਇੱਕ ਨੇ ਆ ਗਿਆ ਜੀ ਹੁਣ ਤੇ ਵੀਰੇ ਹੁਣ ਤੈਨੂੰ ਵੀਰੇ ਉਹਨਾਂ ਦਾ ਜਿਹੜਾ ਇਹ ਹੋਆ ਉਹ ਹਾਸੀ ਮਜ਼ਾਕ ਦਾ ਹੋਆ ਹਨਾ ਲੋਕਾਂ ਨੂੰ ਸੌਣਾ ਤੇ ਆਪਾਂ ਵੀ ਕਹਿੰਦੇ ਕਿ ਮੈਂ ਪੁੱਤ ਖੜ ਜਾ ਇੱਕ ਮਿੰਟ ਬੇਟਾ ਇੱਧਰ ਨੂੰ ਇੱਧਰ ਆ ਜਾ ਪੁੱਤ ਇੱਧਰ ਆ ਜਾ ਇੱਥੇ ਖੜ ਜਾ ਇੱਕ ਮਿੰਟ ਖੜ ਜਾ ਵੀਰੇ ਇਹ ਆਪਣਾ ਤੈਨੂੰ ਹੁਣ ਮੀਂਹ ਪੈਂਦਾ ਤੈਨੂੰ ਆਪਾਂ ਬਿਜਲੀ ਬੋਰਡ 'ਚ ਦੁਬਾਰੇ ਰਖਾ ਦਈਏ ਹਾਂ ਜੀ ਤੈਨੂੰ ਆਪਾਂ ਗਿੱਲੀਆਂ ਤਾਰਾਂ ਦੇ ਕੱਪੜਾ ਮਾਰਨ ਲਾ ਦਈਏ ਇੱਕ ਦਿਨ ਜਾਣਾ ਮੁੜ ਕੇ ਪੈਨਸ਼ਨ ਲੱਗ ਜਾਣੀ ਪੈਨਸ਼ਨ ਲੱਗਣੀ ਹੋਈ ਜੀ ਹੋਊਗੀ ਜੀ ਤਾਂ ਜੀ ਨਹੀਂ ਗੱਲ ਵੀਰ ਜੀ ਇਹਦਾ ਨਾਮ ਤਾਂ ਜੀ ਗੁਰਪ੍ਰੀਤ ਆ ਪਰ ਇਹਦਾ ਨਾਮ ਅਸੀਂ ਚੱਕਰਵਰਤੀ ਤਾਂ ਰੱਖਿਆ ਉੱਥੇ ਨਾ ਗਊਸ਼ਾਲੇ ਤੁਸੀਂ ਹਾਂਜੀ ਭੱਜਦਾ ਸੀ ਇੱਕ ਮਿੰਟ ਖੜਦਾ ਚੱਕਰਵਰਤੀ ਉਰੇ ਜਾ ਇਹ ਕਿਹੜਾ ਭੱਜ ਗਿਆ ਸੀਗਾ ਉਹ ਕਾਫੀ ਉਹੀ ਸੀਗਾ ਤਾਂ ਹੀ ਇਹਦਾ ਨਾਮ ਚੱਕਰਵਰਤੀ ਰੱਖਿਆ ਚੱਕਰਵਰਤੀ ਹਾਂ ਉਰੇ ਇੱਕ ਗੱਲ ਦਾ ਸੁਣ ਉਰੇ ਪਹਿਲੀ ਪੌੜੀ ਸੁਣਾ ਕੇ ਜਾ ਵੀਰੇ ਨੂੰ ਇੱਕ ਹਾਂ ਤੱਕ ਤੱਕ ਪੂਰੀ ਪੂਰੀ ਹਾਂ ਹੌਲੀ 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 ਸੁਣੀ ਜੇ ਗੁੱਤਾ ਹਾਂਜੀ ਹਾਂਜੀ ਆ ਜਾ ਵੀਰੇ ਬਸ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਅੱਜ ਇਹ ਫਗਵਾੜੇ ਬਹੁਤ ਵੀਰ ਇਹਨੂੰ ਜਾਣਦੇ ਹੋਣਗੇ ਕਿਉਂਕਿ 20-22 ਸਾਲ ਉਹ ਜ਼ਿੰਦਗੀ ਨੂੰ ਹੰਡਾਇਆ ਆਪਦੇ ਪਿੰਡੇ ਤੇ ਜੀ ਪਰ ਨਾ ਵੀਰ ਜੀ ਉਦੋਂ ਇੱਦਾਂ ਦੇ ਹਾਲਾਤਾਂ 'ਚ ਬੰਦਾ ਪੰਜਾਬ 'ਚ ਆ ਜੀ ਕਿਤੇ ਨਾ ਕਿਤੇ ਆਸ ਤਾਂ ਕਰਦਾ ਉਹ ਹਿਰਦਾ ਤਾਂ ਕਹਿੰਦਾ ਉਹ ਯਾਰ ਮੇਰੀ ਕੋਈ ਮਦਦ ਕਰੇ ਪਰ ਸਾਡੇ ਪੰਜਾਬੀ ਲੋਕ ਇੱਕ ਮਿੰਟ ਵੀਰੇ ਤੁਸੀਂ ਇਹਨੂੰ ਮੜਿਆ ਕੋਈ ਨਾ ਕੋਈ ਨਾ ਜ਼ਿਆਦਾ ਮੌਸਮ ਚੇਂਜ ਕਰਕੇ ਨਾ ਥੋੜ੍ਹੇ ਹਿੱਲੇ ਪਏ ਨੇ ਜ਼ਿਆਦਾ ਜੀ ਦਵਾਈ ਚੇਂਜ ਹੋਣੀ ਆ ਹਜੇ ਜੀ ਇਹਨਾਂ ਦੀ ਤਾਂ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆ ਜਿਵੇਂ ਬਾਹਰ ਕੋਈ ਕਿਸੇ ਨੂੰ ਬਾਥਰੂਮ ਦੀ ਆਵਾਜ਼ ਤਾਂ ਕਿਸੇ ਨੂੰ ਪਾਣੀਓ ਪੀ ਜਾਣਾ ਇਹ ਵੀਰ ਜਿਵੇਂ ਇੱਕ ਦਿਨ ਬਟਨ ਨਹੀਂ ਲੱਗਿਆ ਇਹਦੇ ਤੋਂ ਇਹਨੇ ਪਾੜ ਕੇ ਉਰੇ ਗੱਠ ਬੰਨ ਲਈ ਕਹਿੰਦਾ ਮੇਰੇ ਤੋਂ ਬਟਨ ਨਹੀਂ ਲੱਗ ਰਿਹਾ ਸੀ ਟੀ ਸ਼ਰਟ ਪਾੜਤੀ ਪਰ ਜਦੋਂ ਮੌਸਮ ਚੇਂਜ ਹੁੰਦਾ ਇਹ ਚੀਜ਼ਾਂ ਜਿਹੜੀਆਂ ਦਿਮਾਗੀ ਪ੍ਰੋਬਲਮਾਂ ਨੇ ਜੀ ਕੋਈ ਗੱਲ ਨਹੀਂ ਇਰੀਟੇਟ ਹੋ ਜਾਂਦਾ ਪਰ ਨਾ ਜੀ ਗੁਰੂ ਸਾਹਿਬ ਮਿਹਰ ਕਰਨ ਅਗਲੀ ਵਾਰ ਵੀ ਤੁਸੀਂ ਆਓਗੇ ਬੜਾ ਵਧੀਆ ਤਰੀਕੇ ਨਾਲ ਆਪਾਂ ਨਵੇਂ ਘਰ 'ਚ ਇੰਟਰਵਿਊ ਵੀ ਕਰਾਂਗੇ ਬਿਲਕੁਲ ਬਿਲਕੁਲ ਤੁਸੀਂ ਸੰਗਤ ਨੂੰ ਜ਼ਰੂਰ ਇਸ ਘਰ ਬਾਰੇ ਦੱਸੋ ਤੇ ਕੋਸ਼ਿਸ਼ ਕਰਿਓ ਇਸ ਘਰ ਬਾਰੇ ਸਮਝਾਉਣ ਦੀ ਕੀ ਕਾਰਜ ਆ ਇੱਕ ਚੀਜ਼ ਜ਼ਰੂਰ ਸੰਗਤ ਨੂੰ ਵੀਰ ਜੀ ਦੱਸਿਓ ਜੇਕਰ ਤੁਹਾਨੂੰ ਪੁੱਛਦਾ ਸਾਨੂੰ ਇੱਥੇ ਕਿਸੇ ਤੋਂ ਮਾਇਆ ਦੀ ਲੋੜ ਪਹਿਲੀ ਸਭ ਤੋਂ ਵੱਡੀ ਗੱਲ ਸੈਲਰ ਨਹੀਂ ਹੈਗਾ ਜੀ ਇੱਕ ਆਸ਼ਰਮ ਆ ਜਿੱਥੇ ਇਦਾਂ ਦੇ ਗੁਰੂ ਦੇ ਪਿਆਰੇ ਜਿਹੜੇ ਵਿਚਾਰੇ ਇੰਨੇ ਮੈਂਟਲੀ ਹੋਏ ਸੜਕਾਂ ਤੇ ਫਿਰਦੇ ਤੇ ਉਹਨਾਂ ਨੂੰ ਘਰ ਮਿਲਿਆ ਸਾਨੂੰ ਸੰਗਤ ਇੱਥੇ ਸਪੋਰਟ ਕਰੇ ਸੰਗਤ ਆਪ ਆਵੇ ਜੀ ਚਾਹੇ ਉਹ ਵਿਦੇਸ਼ਾਂ ਤੋਂ ਆ ਚਾਹੇ ਉਰੋਂ ਆ ਜੀ ਆਪ ਸਾਨੂੰ ਸੰਗਤ ਚੀਜ਼ਾਂ ਦਵਾ ਕੇ ਜਾਂਦੀ ਆ ਔਰ ਪਲੱਸ ਵੀਰ ਦੀ ਜਿਹੜੀ ਸਾਨੂੰ ਇਸ ਘਰ ਨੂੰ ਚਲਾਉਣ ਲਈ ਮਾਇਆ ਦੀ ਲੋੜ ਪੈਂਦੀ ਆ ਉਹ ਅਸੀਂ ਉਨੀ ਕੁ ਮਾਇਆ ਸੰਗਤ ਤੋਂ ਕੰਟਰੈਕਟ ਕਰ ਲੈਂਦੇ ਹਾਂ ਜੀ ਇਹ ਵੀਰੋ ਨਹੀਂ ਤੁਹਾਡੇ ਕੋਲ ਖੜੇ ਨੇ ਜੀ ਇਹਨਾਂ ਦੀ ਸ਼ੌਪ ਆ ਪਟਿਆਲੇ ਇਹਨਾਂ ਤੋਂ ਅਸੀਂ ਰੇਤਾ ਬਜਰੀ ਸਿਮੈਂਟ ਲੈਂਦੇ ਹਾਂ ਜੀ ਟਰੱਕ ਲੈ ਕੇ ਆਏ ਨੇ ਇਹਨਾਂ ਕੋਲ ਸੇਵਾ ਅਸੀਂ ਉੱਥੇ ਪਟਿਆਲੇ ਸੰਗਤ ਨੂੰ ਕਹਿ ਦਿੰਦੇ ਭਾਈ ਇਹਨਾਂ ਨੂੰ ਦੇ ਦਿਓ ਸਾਨੂੰ ਚੀਜ਼ ਭੇਜ ਦਿੰਦੇ ਨੇ ਇੱਦਾਂ ਸਾਡਾ ਜਿਹੜਾ ਇਹ ਘਰ ਬਣ ਰਿਹਾ ਜੀ ਜੀ ਅਸੀਂ ਹੁਣ ਦਫ਼ਤਰ ਵਿੱਚ ਵੀ ਦੇਖਿਆ ਤੇ ਹਾਂਜੀ ਇਹ ਹੋਰ ਵੀਰਾ ਸੀਗਾ ਕਮਣਾ ਆ ਬਾਈ ਸੀ ਜਿਹੜਾ ਲਫਾਫੇ ਨੂੰ ਫਲਾਫਾ ਕਹਿੰਦਾ ਸੀ ਕਿਹੜਾ ਹਾਂ ਆਏ ਵੀਰੇ ਹਾਂ ਇਹ ਤਾਂ ਬਹੁਤ ਕਮਾਲ ਦਾ ਵਾ ਪਰ ਸੁਖਪਾਲ ਹੋਣੀ ਵੀਰ ਜੀ ਹੁਣ ਨਾ ਮੈਂ ਉਹ ਦੱਸਣਾ ਜ਼ਰੂਰੀ ਨਹੀਂ ਸਮਝਦਾ ਸਮਾਂ ਜੀ ਜਿਹੜਾ ਉਹ ਸਮਾਂ ਸੀ ਜੀ ਇਹਦੇ ਫਾਦਰ ਸਾਹਿਬ ਬੜੇ ਘੈਂਟ ਬੰਦੇ ਨੇ ਪੂਰੇ ਐਨ ਘੈਂਟ ਬੰਦੇ ਇਹ ਦੋਨੇ ਭਰਾ ਇਹਨਾਂ ਦਾ ਦੂਜਾ ਭਰਾ ਵੀ ਉਰੀ ਆ ਆਪਣੇ ਕੋਲੇ ਸੁਖਮੰਦਰ ਨੂੰ ਬੁਲਾਇਓ ਆਖਰ ਬੈਠਾ ਜੀ ਸੁਖਮੰਦਰ ਵੀਰੇ ਸੁਖਮੰਦਰ ਆਏ ਵੀਰੇ ਇਹ ਹੁਣ ਦੋਨੇ ਭਰਾ ਇੰਨੇ ਠੀਕ ਹੋ ਗਏ ਪਰ ਜਦੋਂ ਬਿਮਾਰ ਸੀ ਉਦੋਂ ਬੜੀ ਤਕਲੀਫ ਸੀ ਅੱਛਾ ਦੋਨੋਂ ਇਕੱਠੇ ਭਰਾ ਹੀ ਸੀਗੇ ਸਕੇ ਭਰਾ ਨੇ ਹਾਂ ਵੀਰੇ ਆਇਓ ਕਹਾਂ ਆਏ ਥੋੜਾ ਇਹ ਸੁਖਮੰਦਰ ਸਿੰਘ ਇਹ ਸੁਖਪਾਲ ਸਿੰਘ ਸੁਖਪਾਲ ਸਿੰਘ ਪਰ ਹੁਣੇ ਇੰਨੇ ਠੀਕ ਹੋ ਗਏ ਵੀਰ ਜੀ ਇਹ ਘਰੇ ਪ੍ਰਸ਼ਾਦਾ ਲੈਣ ਜਾਂਦਾ ਇਹ ਵੀ ਬੱਚਾ ਬਹੁਤ ਜ਼ਿਆਦਾ ਸੇਵਾ ਕਰਦਾ ਹੁਣ ਪੇਰੈਂਟਸ ਤੇ ਇਹਨਾਂ ਦਾ ਪਿੰਡ ਨਗਰ ਬਹੁਤ ਖੁਸ਼ ਆ ਜੀ ਪਰ ਜਦੋਂ ਇਹ ਬਿਮਾਰ ਸੀ ਬੱਚਾ ਡਰਦਾ ਸੀ ਕਿਉਂਕਿ ਪ੍ਰੋਬਲਮ ਸੀ ਹੁਣ ਇਹਨੂੰ ਸਮਝ ਲੱਗ ਗਈ ਬੱਚਿਆਂ ਨੂੰ ਇਹ ਤਾਂ ਬਹੁਤ ਛੇਤੀ ਠੀਕ ਹੋ ਗਿਆ ਵੀਰ ਇਹਨੂੰ ਹੁਣ ਸਮਝ ਲੱਗ ਗਈ ਜਦੋਂ ਪੁੱਛਦੇ ਨੇ ਘਰੇ ਵੀ ਮੇਰੇ ਮੰਮੀ ਹੋਣੀ ਪੁੱਛ ਲੈਂਦੇ ਨੇ ਵੀਰੇ ਤਾਂ ਘਰ ਕਦੇ ਜਾਣਾ ਇਹ ਕਹਿਣਗੇ ਜਦੋਂ ਵੀਰਾ ਭੇਜੋ ਜਦੋਂ ਵਗ ਜਾਣਗੇ ਜੇ ਆਪਾਂ ਬਾਕੀਆਂ ਨੂੰ ਪੁੱਛੀਏ ਬਾਕੀਆਂ ਨੇ ਹੁਣੇ ਜਾਣਾ ਕਿਉਂਕਿ ਉਹਨਾਂ ਨੂੰ ਉੱਦਾਂ ਨਹੀਂ ਪਤਾ ਵੀ ਅਸੀਂ ਕੀ ਕਰ ਰਹੇ ਹਾਂ ਕੀ ਕਰ ਰਹੇ ਪਰ ਇਹ ਦੋਨੇ ਭਰਾਵਾਂ ਤੇ ਜਿਹੜੀ ਹੁਣ ਅਸੀਂ ਲੁਧਿਆਣੇ ਵੀ ਆਉਣਾ ਤੁਹਾਡੇ ਠੀਕ ਹੈ ਜੀ ਦੋ ਭਰਾ ਉੱਥੇ ਵੀ ਨੇ ਜੀ ਤੁਸੀਂ ਜ਼ਰੂਰ ਸਾਨੂੰ ਦੱਸਿਆ ਸੀ ਜ਼ਰੂਰ ਪਹੁੰਚਾਂਗੇ ਉੱਥੇ ਤੇ ਵੀਰੇ ਮਾੜਾ ਜੋ ਕੀ ਸੀਗਾ ਉਹ ਤੁਸੀਂ ਕੋ ਬਾਈ ਤੁਹਾਨੂੰ ਚੰਗਾ ਲੱਗਾ ਉਹ ਹਾਂ ਵੀਰੇ ਇਹ ਵੀਰ ਨਾ ਜੀ ਬੜੀਆਂ ਦੇਖੋ ਹਾਸੇ ਵਾਲੀਆਂ ਗੱਲਾਂ ਜ਼ਰੂਰੀ ਨੇ ਕਿਉਂਕਿ ਵੀਰ ਉਹਨਾਂ ਦਾ ਚੈਨਲ ਹਾਸੇ ਵਾਲਾ ਇਹ ਵੀਰ ਇਹਨੂੰ ਲਫਾਫਾ ਨਹੀਂ ਕਹਿਣਾ ਹੁੰਦਾ ਜੀ ਅੱਛਾ ਜੀ ਹਾਂਜੀ ਉਦਨੇ ਉੱਥੇ ਬਾਹਰ ਬੈਠੇ ਮੈਂ ਕਿਹਾ ਵੀ ਕਹਿ ਉਦਨੇ ਲਫਾਫਾ ਪਤਾ ਨਹੀਂ ਕੋਈ ਗੱਲ ਹੋਈ ਮੈਂ ਕਿਹਾ ਲੱਲਾ ਲਫਾਫਾ ਆਪਾਂ ਹੁਣ ਵੀ ਕਹਾ ਕੇ ਦੇਖ ਲੈਣੇ ਇਹ ਦੋ ਚੀਜ਼ਾਂ ਨਾ ਵੀਰ ਉਹ ਚੀਜ਼ਾਂ ਸੰਗਤ ਨੂੰ ਬੜੀਆਂ ਚੰਗੀਆਂ ਸੁਖਪਾਲ ਕਹੀਂ ਵੀਰੇ ਲੱਲਾ ਲਫਾਫਾ ਕਹਿ ਤਾਂ ਸੀ ਲੱਲਾ ਫਲਾਫਾ ਲੱਲਾ ਲਫਾਫਾ ਲੱਲਾ ਫਲਾਫਾ ਨਹੀਂ ਨਹੀਂ ਲੱਲਾ ਲੱਲੇ ਤੇ ਲਫਾਫਾ ਲੱਲਾ ਫਲਾਫਾ ਨਹੀਂ ਕਹਿਣਾ ਅੱਛਾ ਉਦਣ ਫਿਰ ਜੀ ਉੱਥੇ ਨਾ ਉਹ ਘਾਹ ਗੁੱਟ ਰਿਹਾ ਸੀ ਮੈਂ ਕਿਹਾ ਕਾਹਦੇ ਬੂਟੇ ਲਾਉਣਾ ਕਹਿੰਦਾ ਗੈਂਡੇ ਦੇ ਮੈਂ ਕਿਹਾ ਗੈਂਡੇ ਦੇ ਕਿਹੜੇ ਹੁੰਦੇ ਨੇ ਬੂਟੇ
ਕਿਹੜੇ ਬੂਟੇ ਲਾਉਂਦਾ ਤੇ ਵੀਰੇ? ਠੀਕ ਹੋ ਗਿਆ ਵੀਰ ਹੁਣ ਇਹਦੀ ਦੁਪਹਿਰੇ ਡਿਊਟੀ ਹੁੰਦੀ ਹੈ ਜੀ ਚਾਹ ਦੀ 2 ਵਜੇ ਕੱਲੇ ਦੀ ਜੀ ਔਰ ਕੋਈ ਵੇਲਾ ਤੇ ਆਪ ਚਾਹ ਨਹੀਂ ਪੀ ਪਾਉਂਦਾ ਸੀ ਅੱਜ ਇਹਨਾਂ ਪਰਿਵਾਰ ਵੀ ਬਹੁਤ ਚੰਗਾ ਬਹੁਤ ਵਧੀਆ ਮੈਂ ਵੀਡੀਓ ਦੇਖੀ ਹੋਈ ਬਾਈ ਦੀ ਤੇ ਉਹ ਟਾਈਮ ਤੇ ਮੈਂ ਉਹੀ ਦਾ ਮੈਂ ਗੱਲ ਮੈਂ ਨਾ ਸੋਚਦਾ ਪਿਆ ਸੀ ਮੈਂ ਕਿਹਾ ਕਿੰਨਾ ਸੋਹਣਾ ਘਰ ਹਨਾ ਕਿੰਨਾ ਇੱਟਾਂ ਬਣਾਇਆ ਕਿਵੇਂ ਬੰਦਾ ਬਣਾਉਂਦਾ ਘਰ ਹਨਾ ਤੇ ਉਹ ਕਮਾਲ ਤੇ ਅੱਜ ਵਾਹਿਗੁਰੂ ਨੇ ਕਿਰਪਾ ਕਰਤੀ ਤੇ ਅੱਜ ਹੋਰ ਵੀਰੇ ਠੀਕ ਹੋ ਹੋਰ ਤੇ ਸੋਨੀ ਬਾਈ ਵੀ ਰਹਿ ਗਿਆ ਆਪਣਾ ਸੋਨੀ ਉਰੇ ਆ ਵੀਰੇ ਸੋਨੀ ਵੀਰੇ ਸੋਨੀ ਉਰੇ ਆ ਵੀਰੇ ਆਪਣਾ ਪਿੰਡ ਕਿਹੜਾ ਜੀ? ਅਸੀਂ ਹੈਗੇ ਲੁਧਿਆਣੇ ਤੋਂ ਜੀ। ਗਏ ਸੀ ਲੁਧਿਆਣੇ। ਅੱਛਾ ਜੀ। ਉੱਥੇ ਪਿੰਡ ਚ ਹਸਨਪੁਰ ਹਸਨਪੁਰ ਹਾਂਜੀ ਹਾਂਜੀ ਹੈਗਾ ਜੀ। ਹਾਂ ਬੱਦੋਵਾਲ ਤੋਂ ਅੱਗੇ ਆ ਜੀ। ਬਾਬਾ ਜੀ ਨੇ ਸਾਨੂੰ ਨਾਲੇ ਪਕੌੜੇ ਖਵਾਏ ਨਾਲੇ ਰੋਟੀ ਖਵਾਈ ਉਹ ਮੈਨੂੰ ਛਾਲੀ ਆ ਗਈ। ਗੱਡੀ ਦੇ ਪਿੱਛੇ ਬੈਠਾ ਸੀ ਡਾਲਿਆ ਚ ਹਵਾ ਲੱਗ ਗਈ ਨਾ। ਹਾਂ ਛਾਲੀ ਆ ਗਈ ਮੈਨੂੰ ਤੇਲ ਚੜ ਗਿਆ। ਸੇਵਾ ਵਾਲੇ ਵੀਰਾਂ ਨੇ ਫਿਰ ਸਪੈਸ਼ਲ ਸਨਮਾਨ ਕੀਤਾ ਸੀ। ਹਾਂਜੀ ਹਾਂਜੀ ਵੀਡੀਓ ਦੇਖੀ ਉਹ ਵੀ ਮੈਂ ਕਿ ਇਹੀ ਆ ਪੁਰਾਣਾ। ਬਹਿਜੋ ਤੁਸੀਂ ਬਹਿਜੋ 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 ਵੀਰੇ ਬਹਿਜੋ ਬਹਿਜੋ ਅੰਦਰ ਬਹਿਜੋ ਅੰਦਰ ਬਹਿਜੋ ਘਟਨੇ ਆਲੇ ਡਿਊਟੀ ਲਾਓ ਜੀ ਘਟਨੇ ਆਲੇ ਡਿਊਟੀ ਲਾਓ ਨਹੀਂ ਬਹਿਜੋ 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 ਇੰਟਰ ਮੁੰਬਈ ਉਹ ਤਾਂ ਬਣ ਨਹੀਂ ਰਹੀ ਨਾ ਵੀਡੀਓ ਫਿਰ ਮੜਾ ਡਿਊਟੀ ਲਾਓ ਨਾ ਸਾਨੂੰ ਵੀ ਤੇ ਸਾਡੀ ਸੰਗਤ ਨੂੰ ਪਤਾ ਵੀ ਲੱਗਣਾ ਚਾਹੀਦਾ ਨਾ ਕਿ ਹਨਾ ਕਿ ਦਰਅਸਲ ਚ ਪ੍ਰੋਬਲਮ ਹੈਗੀ ਆ। ਹਾਂਜੀ 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 ਕਿਆ ਬਾਤ ਹੈ ਟਾਈਮ ਦੇ ਕਣਾ ਗਿਆ ਹਾਸੇ ਵਾਲੀ ਹੁਣ ਉਹ ਕਹਿੰਦਾ ਜੀ ਸੰਗਤ ਨੂੰ ਹੁਣ ਤੁਹਾਡਾ ਹਾਸੇ ਵਾਲਾ ਹੀ ਆ ਸਾਨੂੰ ਵੀ ਆਸਾ ਕਰਨਾ ਪਊ ਅੱਜ ਕਿਦਾਂ ਗੱਲ ਹੋ ਗਈ ਸੋਨੀ ਉਹ ਕਹਿੰਦਾ ਸਾਡਾ ਕੁੱਤਾ ਐਡਾ ਬੜਾ ਹੋ ਗਿਆ ਦਿਖਾਉਣੇ ਦਾ ਬੂਟ ਤੇ ਉਹਨੇ ਦਿਖਾਉਣੀ ਦਾ ਸੋਨੀ ਨੇ ਘੜੀ ਸੀ ਕਿਆ ਬਾਤ ਹੈ ਕੈਸੀ ਉਹਦੀ ਘੜੀ ਮਾਈਕ ਨੇ ਉਸ ਵਕਤ ਦੇ ਹਾਲਾਤ ਬੜੇ ਖਤਰਨਾਕ ਦਰਦਨਾਕ ਸੀਗੇ ਕਿ ਵੀਰ ਦੀ ਜ਼ਿੰਦਗੀ ਇਹਦਾ ਨਾ ਵੀਜ਼ਾ ਲੱਗ ਗਿਆ ਸੀ ਜੀ ਬਾਹਰ ਚੱਲ ਜਾਂਦਾ ਜੀ ਇਹ ਦਿੱਲੀ ਵੱਗ ਗਿਆ ਏਅਰਪੋਰਟ ਤੋਂ ਮੁੜਿਆ ਔਰ ਉੱਥੋਂ ਆ ਕੇ ਇਹ 5 ਸਾਲ ਬਿਮਾਰ ਰਿਹਾ ਜੀ ਇੱਦਾਂ ਹੀ ਫਿਰਿਆ ਵੀਰ ਜੀ ਗਲੀਆਂ ਨਾਲੀਆਂ ਘਰਾਂ 'ਚ ਘਰਾਂ ਬਸ ਬੁਰੇ ਹਾਲ ਹੀ ਸੀਗੇ ਜੀ ਜਦੋਂ ਸਾਨੂੰ ਮਿਲੇ ਉਦੋਂ ਨੀਚੇ ਟੋਇਲਟ ਬਾਥਰੂਮ ਵੀਰ ਵਿੱਚ ਕਰੇ ਪਰ ਅੱਜ ਸਾਨੂੰ ਸ਼ਬਦ ਵਰਤਣੇ ਪੈ ਰਹੇ ਨੇ ਸੰਗਤ ਨੂੰ ਦੱਸਣੀ ਅਸੀਂ ਵਰਤਣਾ ਨਹੀਂ ਚਾਹੁੰਦੇ ਕਿਉਂਕਿ ਵੀਰ ਨੂੰ ਇੰਨੇ ਠੀਕ ਹੋ ਗਏ ਇਹਨਾਂ ਨੂੰ ਦੁਬਾਰਾ ਉਹ ਚੀਜ਼ਾਂ ਯਾਦ ਨਹੀਂ ਕਰਾਉਣੀਆਂ ਪਰ ਸੰਗਤ ਨੂੰ ਦੱਸਣੀਆਂ ਪੈਂਦੀਆਂ ਨੇ ਜੀ ਹੁਣ ਇੰਨਾ ਠੀਕ ਆ ਵੀਰ ਸਾਡੇ ਨਾਲ ਜਦੋਂ ਜਾਂਦਾ ਜੀ ਅਸੀਂ ਕੋਈ ਬੰਦਾ ਲੈਣ ਜਾਂਦੇ ਸਾਡੇ ਨਾਲ ਜਾਂਦਾ ਬਹੁਤ ਸੰਗਤ ਜਦੋਂ ਜੇ ਦਿਨ ਦੇ ਵਿੱਚ 10 ਜਾਣੇ ਮਿਲਣ ਆਉਣਗੇ ਤਾਂ 8 ਜਾਣੇ ਸੋਨੀ ਨੂੰ ਜਾਣਦੇ ਹੁੰਦੇ ਇੰਨੀ ਸੰਗਤ ਦੀ ਇੰਨੀ ਗੁਰੂ ਸਾਹਿਬ ਦੀ ਕਿਰਪਾ ਇਹਨਾਂ 'ਤੇ।